ਟੈਂਪਰੇਚਰ ਹੋ ਜਾਂਦਾ ਆ ਤਾਂ ਸਾਡੀ ਬਾਡੀ ਜੀ ਉਹਨੂੰ ਕੋਪ ਅਪ ਵਿਦ ਨਹੀਂ ਕਰਦੀ ਨਾ ਕੋਪ ਅਪ ਕਰਨ ਦੇ ਨਾਲ ਕੀ ਹੁੰਦਾ ਇੱਕ ਸਾਡੇ ਬਾਡੀ ਦੇ ਵਿੱਚ ਹਾਈਪੋਥੈਲਮਸ ਦਾ ਟੈਂਪਰੇਚਰ ਰੈਗੂਲੇਟਰ ਰੈਗੂਲਟਰੀ ਸਿਸਟਮ ਹੁੰਦਾ ਆ ਉਹ ਫੇਲ ਹੋ ਜਾਂਦਾ ਆ ਜੀ ਨਾਰਮਲੀ ਕੀ ਹੁੰਦਾ ਨਾਰਮਲੀ ਸਾਡੀ ਬਾਡੀ ਜਿਹੜੀ ਹੈਗੀ ਆ ਜਦੋਂ ਬਾਹਰਲੀ ਟੈਂਪਰੇਚਰ ਜ਼ਿਆਦਾ ਹੁੰਦੀ ਆ ਤਾਂ ਸਾਡੀ ਬਾਡੀ ਨੂੰ ਪੂਰੀ ਟੈਂਪਰੇਚਰ ਦੇਣ ਦੇ ਲਈ 37 ਤੇ ਰੱਖਣ ਦੇ ਲਈ ਸਾਨੂੰ ਪਸੀਨਾ ਆਉਂਦਾ ਆ ਜੀ ਪਸੀਨਾ ਕੀ ਕਰਦਾ ਹੈਗਾ ਆ ਪਸੀਨੇ ਦੇ ਨਾਲ ਸਾਡਾ ਜਿਹੜਾ ਤਾਪਮਾਨ ਹੈਗਾ ਆ ਬਾਡੀ ਦੇ ਸਰਫੇਸ ਦਾ ਉਹ ਉਹ ਉਹਦੇ ਵਿੱਚ ਐਵੇਪੋਰੇਸ਼ਨ ਹੁੰਦੀ ਆ ਜੀ ਉਹ ਐਵੇਪੋਰੇਸ਼ਨ ਦੇ ਨਾਲ ਠੰਡਕ ਪੈਦਾ ਹੁੰਦੀ ਆ ਜਿਸ ਤਰ੍ਹਾਂ ਤੁਹਾਨੂੰ ਪਤਾ ਹੈਗਾ ਆ ਉਹ ਠੰਡਕ ਜਿਹੜੀ ਹੈਗੀ ਆ ਉਹਦੇ ਨਾਲ ਸਾਡਾ ਜਿਹੜਾ ਟੈਂਪਰੇਚਰ ਹੈਗਾ ਆ ਉਹ 37 ਡਿਗਰੀ ਮੇਨਟੇਨ ਹੁੰਦਾ ਆ ਇਹਦੇ ਵਿੱਚ ਹੀਟ ਸਟ੍ਰੋਕ ਦੇ ਵਿੱਚ ਕੀ ਹੁੰਦਾ ਆ ਕਿ ਉਹ ਸਿਸਟਮ ਜਿਹੜਾ ਆ ਉਹ ਫੇਲ ਹੋ ਜਾਂਦਾ ਆ ਜੀ ਉਹ ਫੇਲ ਹੋਣ ਦੇ ਕਰਕੇ ਸਾਨੂੰ ਪਸੀਨਾ ਨਹੀਂ ਆਂਦਾ ਜਦੋਂ ਪਸੀਨਾ ਬੰਦ ਹੋ ਜਾਂਦਾ ਆ ਤੇ ਸਾਡੀ ਬਾਡੀ ਦੀ ਟੈਂਪਰੇਚਰ ਜਿਹੜੀ ਹੈਗੀ ਆ ਉਹ ਨਾਰਮਲੀ ਤੇ 98.4 ਹੁੰਦੀ ਆ 6 ਹੁੰਦੀ ਆ ਉਹ ਵੱਧ ਕੇ 107 108 ਹੋ ਜਾਂਦੀ ਹੈਗੀ ਆ ਜੀ ਉਹਦੇ ਵਿੱਚ ਫਿਰ ਤੁਹਾਨੂੰ ਕੋਨਸ਼ੀਅਸਨੈਸ ਵੀ ਲੂਜ਼ ਕਰ ਦਿੰਦੇ ਆ ਤੁਸੀਂ ਕੋਮਾ ਹੋ ਜਾਂਦਾ ਹੈਗਾ ਆ ਜਾਂ ਫਿਰ ਉਹਦੇ ਵਿੱਚ ਡੈਥ ਵੀ ਹੋ ਸਕਦੀ ਹੈਗੀ ਆ ਉਹ ਇਸ ਤਰ੍ਹਾਂ ਦੀ ਟੈਂਪਰੇਚਰ ਦੇ ਨਾਲ ਸੋ ਇਹ ਉਹ ਉਸ ਤਰ੍ਹਾਂ ਦਾ ਪ੍ਰੋਬਲਮ ਹੈਗੀ ਆ ਜਿਹਦੇ ਵਿੱਚ ਜਿਹੜੀ ਬਾਹਰਲੀ ਹੀਟ ਹੈਗੀ ਆ ਬਾਹਰਲੀ ਗਰਮੀ ਹੈਗੀ ਆ ਉਹ ਉਹਦਾ ਪ੍ਰਕੋਪ ਹੁੰਦਾ ਹੈਗਾ ਜੀ ਦੇ ਸੱਜ ਜੀ ਮੈਂ ਕਿ ਇਹਦੇ ਵਿੱਚ ਮਲੇਰੀਆ ਦੀ ਆਪਾਂ ਗੱਲ ਕਰੀਏ ਮਲੇਰੀਆ ਕੀ ਹੈਗਾ ਤੇ ਇਹ ਵੀ ਇਹ ਵੀ ਸੀਜ਼ਨਲ ਡਿਸੀਜ਼ਸ ਦੇ ਵਿੱਚ ਹੀ ਆ ਤੇ ਕਿਵੇਂ ਇਸ ਤੋਂ ਵੀ ਬਚਿਆ ਜਾ ਸਕਦਾ ਹਾਂ ਜੀ ਅੱਜ ਕੱਲ ਜਿਹੜਾ ਬਰਸਾਤ ਦਾ ਮੌਸਮ ਹੈਗਾ ਆ ਇਹਦੇ ਵਿੱਚ ਬਾਹਰ ਪਾਣੀ ਇਕੱਠਾ ਹੋ ਜਾਂਦਾ ਹੈ ਪਾਣੀ ਜਿਹੜਾ ਹੈਗਾ ਆ ਪਾਣੀ ਦੇ ਉੱਤੇ ਜਿਹੜਾ ਮੱਛਰ ਹੈਗਾ ਆ ਐਨੋਫਲੀਸ ਜੀ ਐਨੋਫਲੀਸ ਮੱਛਰ ਜਿਹੜਾ ਹੈਗਾ ਆ ਉਹ ਅੰਡੇ ਦਿੰਦਾ ਹੈ ਔਰ ਉਹ ਵੱਧਦਾ ਆ ਜੀ اور ਉਹ ਅੰਡੇ ਦੇ ਕੇ ਉਹਦੀ ਜਿਹੜੀ ਆਬਾਦੀ ਹੈਗੀ ਆ ਉਹ ਵੱਧ ਜਾਂਦੀ ਹੈਗੀ ਆ ਔਰ ਉਹ ਮੱਛਰ ਜਿਹੜਾ ਹੈਗਾ ਆ ਅੱਜ ਕੱਲ ਦੇ ਮੌਸਮ ਦੇ ਵਿੱਚ ਉਹ ਡਿਵੈਲਪ ਜ਼ਿਆਦਾ ਕਰ ਲੈਂਦਾ ਹੈ ਔਰ ਜਦੋਂ ਫੀਮੇਲ ਐਨਫਲੀਜ਼ ਜਿਹੜੀ ਹੈਗੀ ਆ ਉਹ ਇੱਕ ਮਲੇਰੀਏ ਵਾਲੇ ਪੇਸ਼ੈਂਟ ਨੂੰ ਕੱਟਦੀ ਆ ਤਾਂ ਉਹਦਾ ਖੂਨ ਚੂਸ ਲੈਂਦੀ ਆ ਜੀ ਉਹਦਾ ਖੂਨ ਚੂਸ ਲੈਂਦੀ ਆ ਕਿਉਂਕਿ ਉਹਨੇ ਅੰਡੇ ਦੇਣੇ ਹੁੰਦੇ ਹੈਗੇ ਆ ਉਹਦੇ ਲਈ ਤਾਂ ਪ੍ਰੋਟੀਨ ਲੈਣੀ ਹੁੰਦੀ ਹੈਗੀ ਆ ਔਰ ਉਹ ਜਿਹੜਾ ਜਦੋਂ ਉਹਦਾ ਮਲੇਰੀਏ ਵਾਲੇ ਪੇਸ਼ੈਂਟ ਦਾ ਖੂਨ ਚੂਸਦੀ ਆ ਤਾਂ ਉਹਦੇ ਵਿੱਚੋਂ ਉਹਦੇ ਜਿਹੜੇ ਜਰਮਸ ਹੈਗੇ ਮਲੇਰੀਏ ਦੇ ਉਹ ਉਹ ਨਾਲ ਆਪਣੇ ਮੂੰਹ ਦੇ ਵਿੱਚ ਸੱਕ ਕਰ ਲੈਂਦੀ ਹੈਗੀ ਆ ਔਰ ਉਸ ਜਿਹੜੇ ਮਲੇਰੀਏ ਦੇ ਜਰਮਸ ਹੈਗੇ ਆ ਉਹ ਦੀ ਇੰਟੈਸਟਿਨ ਦੇ ਵਿੱਚ ਜਾ ਕੇ ਤੇ ਡਿਵੈਲਪ ਕਰ ਜਾਂਦੇ ਹੈਗੇ ਆ ਉਹ ਡਿਵੈਲਪ ਕਰਕੇ ਫਿਰ ਉਹਦੇ ਸਲਿਵਰੀ ਗਲੈਂਡ ਦੇ ਵਿੱਚ ਆ ਕੇ ਜੇ ਉਹ ਕਿਸੇ ਹੋਰ ਨਾਰਮਲ ਆਦਮੀ ਨੂੰ ਕੱਟਦੀ ਹੈਗੀ ਆ ਤੇ ਉਹਦੇ ਇੰਜੈਕਟ ਕਰ ਦਿੰਦੀ ਹੈਗੀ ਆ ਔਰ ਫਿਰ ਉਹ ਹੀ ਜਿਹੜੇ ਜਰਮਸ ਹੈਗੇ ਆ ਉਹ ਦੂਸਰੇ ਵਿਅਕਤੀ ਨੂੰ ਪਹੁੰਚ ਜਾਂਦੇ ਹੈਗੇ ਆ ਜਿਹਨੂੰ ਉਹਨ ਰਕਟਿਆ ਹੈਗਾ ਔਰ ਉਹਦੀ ਬਾਡੀ ਦੇ ਵਿੱਚ ਫਿਰ ਉਹ ਜਿੰਨੇ ਇੱਕ ਉਹਨੇ ਇੰਜੈਕਟ ਕੀਤੇ ਹੈਗੇ ਆ ਉਹ ਡਿਵੈਲਪ ਕਰਨੇ ਸ਼ੁਰੂ ਕਰ ਦਿੰਦੇ ਹੈਗੇ ਆ ਔਰ ਜਦੋਂ ਉਹ ਇੰਨੇ ਇੱਕ ਹੋ ਜਾਂਦੇ ਆ ਕਿ ਉਹਨੂੰ ਉਹ ਮਲੇਰੀਆ ਦੇ ਦੇਣ ਦੇ ਕਾਬਿਲ ਹੋ ਜਾਂਦੇ ਆ ਕਿਉਂਕਿ ਉਹ ਡਿਵੈਲਪ ਕਰਦੇ ਆ ਵਧਦੇ ਰਹਿੰਦੇ ਹੈਗੇ ਆ ਬਾਡੀ ਦੇ ਵਿੱਚ ਜਾ ਕੇ ਔਰ ਉਦੋਂ ਫਿਰ ਉਹਨਾਂ ਨੂੰ ਮਲੇਰੀਆ ਹੋ ਜਾਂਦਾ ਹੈ ਉਹ ਬਿਮਾਰੀ ਹੋ ਜਾਂਦੀ ਹੈ ਸੋ ਇਹਦਾ ਜਿਹੜਾ ਪੋਰਸ ਹੈਗਾ ਆ ਉਹ ਮੱਛਰ ਹੈਗਾ ਆ ਮੱਛਰ ਇੱਕ ਇੰਟਰਮੀਡੀਏਟ ਮੀਡੀਏਟ ਹੋਸਟ ਹੈ ਜਿਹੜਾ ਕਿ ਇਹ ਮਲੇਰੀਆ ਫਲਾਉਂਦਾ ਹੈਗਾ ਜੀ ਤੇ ਇਹਦੇ ਕਿਹੜੇ ਸਿੰਪਟਮਸ ਡਾਕਟਰ ਸਾਹਿਬ ਨੂੰ ਆਉਂਦੇ ਹੈਗੇ ਜਿੱਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹਦੇ ਸਿੰਪਟਮ ਜਿਹੜੇ ਹੈਗੇ ਆ ਬਹੁਤ ਪੈਕਿਉਲਰ ਹੁੰਦੇ ਆ ਕਿ ਇਹਦੇ ਵਿੱਚ ਜਦੋਂ ਮਤਲਬ ਮਲੇਰੀਆ ਹੋਣ ਲੱਗਦਾ ਹੈਗਾ ਤਾਂ ਬਹੁਤ ਜ਼ਿਆਦਾ ਕੰਪਨੀ ਛੇੜਦੀ ਹੈਗੀ ਆ ਜੀ ਉਹ ਕੰਪਨੀ ਕਿ ਉਹ ਸ਼ਿਰਦੀ ਹੈ ਕਿ ਜਿਹੜੇ ਇਹ ਜਰਮਸ ਹੁੰਦੇ ਆ ਉਹ ਸਾਡੇ ਬਲੱਡ ਦੇ ਵਿੱਚ ਆ ਜਾਂਦੇ ਆ ਔਰ ਸਾਡੇ ਬਾਡੀ ਦਾ ਰਿਐਕਸ਼ਨ ਇੰਨਾ ਖ ਹੁੰਦਾ ਆ ਕਿ ਉਹਨੂੰ ਗਰਮੀ ਮਤਲਬ ਰਿਐਕਸ਼ਨ ਹੁੰਦਾ ਹੈ ਜਿਹ ਪਾਇਰੋਜਨਸ ਜਿਹੜੇ ਹੈਗੇ ਆ ਉਹ ਉਹ ਨਿਕਲਦੇ ਹੈਗੇ ਆ ਔਰ ਉਹਦੇ ਨਾਲ ਸਾਡੀ ਬਾਡੀ ਜਿਹੜੀ ਆ ਕਿਉਂਕਿ ਗਰਮੀ ਪੈਦਾ ਹੋਣੀ ਹੈ ਗਰਮੀ ਫੇਰ ਸਾਡੇ ਸਰੀਰ ਦੇ ਜਿਹੜੇ ਮਸਲਸ ਹੈਗੇ ਆ ਉਹ ਇੱਕਦਮ ਕੰਬਦੇ ਆ ਇਨਾ ਕਿ ਕੰਪਨੀ ਸ਼ੁਰੂ ਹੋ ਜਾਂਦੀ ਹੈਗੀ ਆ ਕਿ ਆਦਮੀ ਟਾਇਲਟ ਨਹੀਂ ਕਰਦਾ ਕਿ ਉਹਨੂੰ ਇੰਨੀ ਠੰਡ ਲੱਗਦੀ ਹੈਗੀ ਆ ਔਰ ਉਹ ਉਹਦੇ ਇੱਕ ਤਰ੍ਹਾਂ ਇਹ ਚੀਜ਼ ਹੈਗੀ ਆ ਦੂਜਾ ਬਾਡੀ ਏਕ ਹੋ ਜਾਂਦਾ ਆ ਤੀਜਾ ਹੈਡੈਕ ਹੋ ਜਾਂਦਾ ਆ ਕਈ ਵਾਰੀ ਵੋਮਿਟਿੰਗ ਹੋ ਜਾਂਦੀ ਹੈਗੀ ਆ ਤੇ ਕਈ ਵਾਰੀ ਜ਼ਿਆਦਾ ਹੋਵੇ ਤਾਂ ਉਹ ਇਵਨ ਕਾਮੇਚ ਵੀ ਚਲ ਜਾਂਦਾ ਹੈਗਾ ਆ ਜੀ ਡਾਕਟਰ ਸਾਹਿਬ थैंक यू ਡਾਕਟਰ ਸਾਹਿਬ ਇੱਕ ਆਪਣਾ ਆਖਰੀ ਸਵਾਲ ਹੈਗਾ ਯਾ ਕਿ ਜਿਵੇਂ ਕਿ ਅੱਜ ਦਾ ਜਿਹੜਾ ਆਪਣਾ ਟੌਪਿਕ ਸੀਗਾ ਸੀਜ਼ਨਲ ਡਿਸੀਜ਼ਸ ਤੇ ਜਾਂ ਜਿਹੜੇ ਵੀ ਆਪਾਂ ਡਿਸਕਸ ਕੀਤੀ ਹੈਗੀਆਂ ਬਿਮਾਰੀਆਂ ਤੇ ਉਹਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਸਵਾਲ ਆਂਦਾ ਆ ਤੁਸੀਂ ਆਲਰੇਡੀ ਉਹਦਾ ਦੱਸ ਵੀ ਚੁੱਕਿਆ ਲੇਕਿਨ ਕੋਈ ਐਦਾਂ ਦੀ ਆ ਮਤਲਬ ਸੰਨ ਕੋਈ 8-10 ਸਾਨਜੇ ਤਰੀਕੇ ਦੱਸੋ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਆਪਣੀ ਹੈਲਦੀ ਹੈਬਿਟਸ ਜਿਹੜਾ ਅਪਣਾਉਣ ਤੇ ਇਨਫੈਕਸ਼ਨ ਜਿਹੜੇ ਆ ਜਿਹੜੇ ਘੇਰੇ ਤੋਂ ਉੱਤੋਂ ਬਚ ਸਕਣ ਤੇ ਸਰੀਰ ਦੀ ਇਮਿਊਨਿਟੀ ਵੀ ਵਧਾ ਸਕਣ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਆ ਕਿ ਸਾਡਾ ਜਿਹੜਾ ਖਾਣ ਪਾਣ ਹੈਗਾ ਆ ਸਾਨੂੰ ਪਹਿਲਾਂ ਉਹਦਾ ਖਿਆਲ ਰੱਖਣਾ ਚਾਹੀਦਾ ਆ ਤੇ ਸਾਡੀ ਜਿਹੜੀ ਐਕਸਰਸਾਈਜ਼ ਹੈਗੀ ਆ ਉਹਦਾ ਖਿਆਲ ਰੱਖਣਾ ਚਾਹੀਦਾ ਹੈਗਾ ਤੇ ਸਾਡੇ ਜਿਹੜੇ ਮਾਈਕਰੋਨਿਊਟ੍ਰੀਐਂਟਸ ਹੈਗੇ ਆ ਉਹਨਾਂ ਦਾ ਮੈਕਰੋਨਿਊਟ੍ਰੀਐਂਟਸ ਹੈਗੇ ਆ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਫਿਰ ਸਾਡੀ ਸਲੀਪ ਦਾ ਜਿਹੜਾ ਹੈਗਾ ਆ ਉਹਦਾ ਖਿਆਲ ਰੱਖਣਾ ਚਾਹੀਦਾ ਹੈ ਫਿਰ ਸਾਡੇ ਮਾਈਂਡ ਸੈਟ ਜਿਹੜਾ ਹੈਗਾ ਆ ਆਲਵੇਜ਼ ਪੋਜ਼ਿਟਿਵ ਜਿਹੜਾ ਹੈਗਾ ਆ ਉਹ ਰੱਖਣਾ ਚਾਹੀਦਾ ਹੈਗਾ ਫਿਰ ਸਾਡੇ ਜਿਹੜੇ ਜੇ ਕੋਈ ਮਤਲਬ ਸਾਡੀ ਮੈਡੀਕਲ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਮਤਲਬ ਜਲਦੀ ਤੋਂ ਜਲਦੀ ਠੀਕ ਕਰਨ ਦੇ ਲਈ ਡਾਕਟਰੀ ਸਹਾਤਾ ਲੈਣੀ ਚਾਹੀਦੀ ਹੈਗੀ ਆ ਫਿਰ ਸਾਡੀ ਹਾਈਜੀਨ ਜਿਹੜੀ ਹੈਗੀ ਆ ਬਹੁਤ ਇੰਪੋਰਟੈਂਟ ਹੈਗੀ ਆ ਜਿਹੜੀ ਹਾਈਜੀਨ ਸਾਡੀ ਆਲਾ ਦਵਾਲਾ ਹੈਗਾ এনवायरमेंट ਹੈਗੀ ਆ ਸਾਡੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਆ ਕਿ ਸਾਡੇ 에ਅਰ ਹੈਗੀ ਆ ਸਾਡੀ ਪਾਣੀ ਹੈਗਾ ਆ ਸਾਡੀ ਧਰਤੀ ਹੈਗੀ ਆ ਅਸੀਂ ਉਹਨਾਂ ਨੂੰ ਅਗਰ ਠੀਕ ਰੱਖਦੇ ਹੈਗੇ ਆ ਤੇ ਉਹਦੇ ਤੋਂ ਵੀ ਅਸੀਂ ਫਾਇਦਾ ਲੈ ਸਕਦੇ ਹੈਗੇ ਆ ਫਿਰ ਅਸੀਂ ਸਨ ਸ਼ਾਈਨ ਹੈਗੀ ਆ ਉਹ ਤੋਂ ਵੀ ਬਟ ਆ ਮੈਂ ਡੀ ਜਿਹੜਾ ਹੈਗਾ ਆ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਜਿਹੜਾ ਕਿ ਇਮਿਊਨਿਟੀ ਨੂੰ ਬਹੁਤ ਸਟਰੋਂਗ ਕਰਦਾ ਹੈ ਇਹ ਇੱਕ ਐਸਾ ਵਿਟਾਮਿਨ ਹੈਗਾ ਜਿਹੜਾ ਕਿ ਕੈਂਸਰ 32 ਟਾਈਪ ਦੇ ਕੈਂਸਰ ਜਿਹੜੇ ਹੈਗੇ ਆ ਇਹ ਇਹ ਜੇ ਪੂਰਾ ਹੈਗਾ ਆ ਤਾਂ 32 ਟਾਈਪ ਦੇ ਕੈਂਸਰਾਂ ਨੂੰ ਪ੍ਰिवेंट ਕਰਦਾ ਹੈਗਾ ਆ ਸੋ ਇਹ ਇਹ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਪਤਾ ਨਹੀਂ ਹੈ ਔਰ ਵਿਟਾਮਿਨ ਡੀ ਜਿਹੜਾ ਹੈਗਾ ਇੰਨਾ ਇੰਪੋਰਟੈਂਟ ਹੈਗਾ ਆ ਸਾਡੇ ਕੋਲ ਤਾਂ ਪ੍ਰਮਾਤਮਾ ਨੇ ਇੰਨਾ ਵਿਟਾਮਿਨ ਡੀ ਦਿੱਤਾ ਹੋਇਆ ਆ ਪਰ ਅਸੀਂ ਉਹਦੀ ਯੂਟਿਲਾਈਜ਼ ਨਹੀਂ ਕਰਦੇ ਕਿ ਇਹ ਹੋਰਾਂ ਲੋਕਾਂ ਨੂੰ ਪੁੱਛੋ ਜਿਹੜੇ ਕਿ ਵਿੰਟਰ ਜਿਨ੍ਹਾਂ ਦੇ ਵਿੱਚ ਹਮੇਸ਼ਾ ਰਹਿੰਦੀ ਹੈ ਵੈਸਟਰਨ ਕੰਟਰੀਜ਼ ਦੇ ਵਿੱਚ ਜਿੱਥੇ ਸੂਰਜ ਨਿਕਲਦਾ ਨਹੀਂ ਹੈ ਸਾਡੇ ਪੰਜਾਬ ਦੇ ਵਿੱਚ ਤਾਂ ਬਹੁਤ ਅਸੀਂ ਭਾਗੇਸ਼ਾਲੀ ਹੈਗੇ ਆ ਕਿ ਸਾਨੂੰ तकरीबन तकरीबन 11 10 11 ਮਹੀਨੇ ਜਿਹੜਾ ਹੈਗਾ ਆ ਸਾਨੂੰ ਬਹੁਤ ਵਧੀਆ ਸੂਰਜ ਦੇ ਦਰਸ਼ਨ ਹੁੰਦੇ ਰਹਿੰਦੇ ਆ ਔਰ ਅਸੀਂ ਇਹਦੇ ਯੂਟਿਲਾਈਜ਼ ਨਹੀਂ ਕਰਦੇ ਕਿਉਂਕਿ ਅਸੀਂ ਇੱਕ ਤਾਂ ਸ਼ੀਸ਼ੇ ਲਾਏ ਹੋਏ ਆਪਣੀਆਂ ਵਿੰਡੋਸ ਦੇ ਵਿੱਚ ਦੂਸਰਾ ਅਸੀਂ ਬਹੁਤ ਜ਼ਿਆਦਾ ਇੰਡੋਰ ਰਹਿਨੇ ਹੈਗੇ ਆ ਤੀਜਾ ਅਸੀਂ ਜਿਆਦਾ ਕਾਰਾਂ ਦੇ ਵਿੱਚ ਰਹਿਨੇ ਘੁੰਮਦੇ ਹੈਗੇ ਆ ਜੇ ਕਦੀ ਸਾਨੂੰ ਬਾਹਰ ਵੀ ਜਾਣ ਦਾ ਮੌਕਾ ਮਿਲ ਜਾਏ ਸਕੂਟਰ ਤੇ ਜਾਂ ਮੋਟਰਸਾਈਕਲ ਦੇ ਉੱਤੇ ਤੇ ਅਸੀਂ ਆਪਣੀਆਂ ਬਾਹਾਂ ਵੀ ਨਹੀਂ ਛੱਡੀਆਂ ਜਾਂ ਛੱਡਦੇ ਉਹਨਾਂ ਉੱਤੇ ਵੀ ਅਸੀਂ ਕਵਰ ਕਰ ਲੈਨੇ ਆ ਤਾਂ ਕਿ ਸਾਡੀ ਜਿਹੜੀ ਤਪ ਹੈਗੀ ਆ ਉਹ ਸਾਨੂੰ ਕਿਤੇ ਟੱਚ ਨਾ ਕਰ ਜਾਏ ਸੋ ਇਸ ਕਰਕੇ ਜਿਹੜੀ ਜਿਹੜੀ ਚੀਜ਼ 32 ਕੈਂਸਰਸ ਨੂੰ ਮਤਲਬ ਪ੍ਰिवेंट ਕਰ ਸਕਦੀ ਹੈਗੀ ਆ ਉਹਦੇ ਬਾਰੇ ਅਸੀਂ ਕਿੰਨੇ ਕੁ ਜਾਗਰੂਕ ਹੈਗੇ ਆ ਜੀ ਇਹ ਬਹੁਤ ਇੰਪੋਰਟੈਂਟ ਹੈਗਾ ਆ ਔਰ ਇਸ ਲਈ ਫਿਰ ਸਾਨੂੰ ਉਹਦੇ ਸਪਲੀਮੈਂਟਸ ਲੈਣੇ ਪੈਂਦੇ ਹੈਗੇ ਆ ਔਰ ਸਪਲੀਮੈਂਟਸ ਦੇ ਨਾਲ ਸਾਨੂੰ ਵਿਟਾਮਿਨ ਡੀ ਜਿਹੜਾ ਆ ਪੂਰਾ ਕਰਨਾ ਪੈਂਦਾ ਜੇ ਅਸੀਂ ਆਮ ਜਨਤਾ ਨੂੰ ਦੇਖੀਏ ਕਿ ਉਹਨਾਂ ਦੇ ਵਿੱਚ ਵਿਟਾਮਿਨ ਡੀ ਦੀ ਇੰਨੀ ਕਾਟ ਹੈਗੀ ਆ ਕਿਸੇ ਦੇ 4 ਨੈਨੋਗ੍ਰਾਮ ਹੈ ਕਿਸੇ ਦੇ 8 ਨੈਨੋਗ੍ਰਾਮ ਹੈਗਾ ਜਿਹੜਾ ਕਿ ਨਾਰਮਲੀ 50 ਤੋਂ 70 ਨੈਨੋਗ੍ਰਾਮ ਜਿਹੜਾ ਹੋਣਾ ਚਾਹੀਦਾ ਹੈਗਾ ਆ ਪਰ ਬਹੁਤ ਘੱਟ ਹੈਗਾ ਆ ਲੋਕਾਂ ਦੇ ਵਿੱਚ ਕਿਉਂਕਿ ਅਸੀਂ ਮਤਲਬ ਨਾ ਤਾਂ ਅਸੀਂ ਉਹ ਖੁਰਾਕ ਖਾਂਦੇ ਆ ਜਿਹੜੀ ਕਿ ਵਿਟਾਮਿਨ ਡੀ ਸਾਨੂੰ ਸਪਲਾਈ ਕਰਦੀ ਹੈਗੀ ਆ ਨਾ ਅਸੀਂ ਸਨ ਸ਼ਾਈਮ ਲੈਨੇ ਹੈਗੇ ਆ ਜਿਹੜੀ ਕਿ ਸਾਨੂੰ ਮਤਲਬ ਵਿਟਾਮਿਨ ਡੀ ਜਿਹੜਾ ਸਾਡਾ ਬਣ ਜਾਵੇ ਮੋਰਓਵਰ ਡਾਕਟਰਾਂ ਨੇ ਕੋਲੇਸਟ੍ਰੋਲ ਜਿਹੜੀ ਹੈਗੀ ਆ ਉਹਦੀਆਂ ਦਵਾਈਆਂ ਦਿੱਤੀਆਂ ਆ ਤੇ ਸਾਡੀ ਜਿਹੜੀ ਕੋਲੇਸਟ੍ਰੋਲ ਆ ਉਹਨੂੰ ਬੜੇ ਨਾ ਜੀ ਮੈਂ ਉਹਨਾਂ ਦੇ ਬਹੁਤ ਅਗੇਂਸਟ ਹੈਗਾ ਆ ਕੋਲੇਸਟ੍ਰੋਲ ਦੀਆਂ ਜਿਹੜੀਆਂ ਦਵਾਈਆਂ ਖਾਂਦੇ ਹੈਗੇ ਲੋਕ ਕਿਉਂਕਿ ਕੋਲੇਸਟ੍ਰੋਲ ਸਾਡੇ ਲਈ ਬਹੁਤ ਇੱਕ ਵਰਦਾਨ ਹੈਗਾ ਆ ਸਾਡੀ ਬਾਡੀ ਦੇ ਹਰ ਸੈੱਲ ਦਾ ਹਿੱਸਾ ਹੈਗਾ ਆ ਸਾਡੇ ਹਾਰਮੋਨਸ ਦਾ ਹਿੱਸਾ ਹੈਗਾ ਆ ਸਾਡੇ ਵਿਟਾਮਿਨ ਡੀ ਦਾ ਹਿੱਸਾ ਹੈਗਾ ਇਹ ਤੋਂ ਹੀ ਬਣਦਾ ਹੈਗਾ ਆ ਔਰ ਅਗਰ ਅਸੀਂ ਇਹਨੂੰ ਬਣ ਨਹੀਂ ਦਿੰਦੇ ਇਹ ਔਰ ਇਹ ਇੱਕ ਪ੍ਰੋਟੈਕਟਿਵ ਐਂਟੀਆਕਸੀਡੈਂਟ ਵੀ ਹੈਗਾ ਆ ਇਹ ਕੋਲੇਸਟ੍ਰੋਲ ਸੋ ਇਹਨੂੰ ਇੰਨਾ ਕਿ ਮਤਲਬ ਡਾਕਟਰਾਂ ਨੇ ਔਰ ਅੱਜਕੱਲ ਦੀ ਸਾਇੰਸ ਨੇ ਇਹਨੂੰ ਇੰਨਾ ਲਤਾੜਿਆ ਹੈਗਾ ਆ ਕਿ ਇਹਦੇ ਲਈ ਦਵਾਈਆਂ ਕੱਢ ਦਿੱਤੀਆਂ ਇਹ ਸਿਰਫ ਜਿਹੜੀ ਹੈਗੀ ਆ ਫਾਰਮਾ ਕੰਪਨੀਆਂ ਹੈਗੀਆਂ ਉਹਨਾਂ ਦਾ ਖੇਲ ਹੈਗਾ ਆ ਸੋ ਇਹ 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 ਤਾਂ ਚਲੋ ਦੂਸਰੀ ਗੱਲ ਹੈਗੀ ਆ ਪਰ ਕੋਲੇਸਟ੍ਰੋਲ ਸਾਡੇ ਲਈ ਬਹੁਤ ਹੀ ਜ਼ਰੂਰੀ ਹੈਗੀ ਆ ਜਿਹਦੇ ਤੋਂ ਸਾਡਾ ਵਿਟਾਮਿਨ ਡੀ ਬਣਦਾ ਆ ਔਰ ਇਹ ਫੇਮ ਐਮਫਸਾਈਜ਼ ਕਰਦਾ ਹੈ ਕਿ 32 ਤੇਤੀ ਯਾ ਸੇ ਕੈਂਸਰਸ ਹੈਗੇ ਆ ਜਿਹੜੇ ਵਿਟਾਮਿਨ ਡੀ ਦੇ ਨਾਲ ਪ੍ਰिवेंट ਹੁੰਦੇ ਹੈਗੇ ਆ ਫਿਰ ਸਾਡੇ ਜਿਹੜਾ ਮਤਲਬ ਮੈਂ ਤੁਹਾਨੂੰ ਦੱਸਿਆ ਹੈ ਕਿ ਬੇਅਰ ਫੂਟਿੰਗ ਹੈਗੀ ਆ ਉਹ ਅਸੀਂ ਕਰ ਸਕਦੇ ਹੈਗੇ ਆ ਫਿਰ ਸਾਡੀ ਆਕਸੀਜਨ ਜਿਹੜੀ ਹੈਗੀ ਆ ਇੰਨੀ ਇੰਪੋਰਟੈਂਟ ਆਕਸੀਜਨ ਹੈਗੀ ਆ ਕਿ ਜਿਹਨੂੰ ਅਸੀਂ ਮਤਲਬ ਡੀਪ ਬਰੀਥਿੰਗ ਦੇ ਨਾਲ ਅਸੀਂ ਲੈ ਸਕਦੇ ਹੈਗੇ ਆ ਔਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਆ ਅਸੀਂ ਡੀਪ ਬਰੀਥਿੰਗ ਦੇ ਨਾਲ ਠੀਕ ਕਰ ਸਕਦੇ ਹੈਗੇ ਆ ਫਿਰ ਸਾਡਾ ਮਾਈਂਡ ਸੈਟ ਮੈਂ ਸਬਕੌਂਸ਼ੀਅਸ ਮਾਈਂਡ ਦੀ ਤੁਹਾਡੇ ਨਾਲ ਗੱਲ ਕੀਤੀ ਹੈਗੀ ਆ ਜੇ ਉਹਨੂੰ ਅਸੀਂ ਸਟਰੋਂਗ ਰੱਖੀਏ ਉਹਨੂੰ ਫੀਡ ਅੱਛਾ ਕਰੀਏ ਔਰ ਅਚੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਫੀਡ ਕਰਦੇ ਰਹੀਏ ਤਾਂ ਮੇਰਾ ਖਿਆਲ ਹੈ ਕਿ ਅਸੀਂ ਹਰ ਤਰ੍ਹਾਂ ਦੀ ਬਿਮਾਰੀ ਤੋਂ ਨਜਾਤ ਪਾ ਸਕਦੇ ਹੈਗੇ ਆ ਜੀ ਡਾਕਟਰ ਸਾਹਿਬ ਥੈਂਕ ਯੂ ਤੇ ਸਭ ਤੋਂ ਅ ਤਲਾਤਾ ਡਾਕਟਰ ਜੀ ਨੇ ਜਿੱਦ ਕੋਲੈਸਟ੍ਰੋਲ ਦੀ ਗੱਲ ਕੀਤੀ ਆ ਤਾਂ ਲੋਕੀ ਡਰਦੇ ਹੀ ਬਹੁਤ ਆ ਕਿ ਕੋਲੈਸਟ੍ਰੋਲ ਸਾਡਾ ਵੱਧ ਜਾਣਾ ਉਹ ਦੇਸੀ ਘੋਤ ਤੱਕ ਨਹੀਂ ਖਾਂਦੇ ਹੈਗੇ ਇਸ ਵਜ੍ਹਾ ਨਾਲ ਇਸੋ ਉਹ ਬੜੀ ਉਹ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਤਾਂ ਜਿਹੜੀ FDA ਹੈਗੀ ਆ ਜਾਂ ਜਿਹੜੇ ਜਿੰਨੇ ਵੀ ਮਤਲਬ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਇਹਦੇ ਅਗੇਂਸਟ ਸੀ ਉਹ ਵੀ ਹੁਣ ਖੁੱਲ ਕੇ ਆ ਗਈਆਂ ਕਿ ਕੋਲੈਸਟ੍ਰੋਲ ਦਾ ਹਾਰਟ ਅਟੈਕ ਤੇ ਕੋਈ ਰੋਲ ਨਹੀਂ ਹੈ ਜੀ ਹੁਣ ਵੀ ਹਾਂਜੀ ਬਹੁਤ ਸਾਰੇ ਅਦਾ ਤੇ ਪੇਸ਼ੈਂਟਸ ਆਉਂਦੇ ਆ ਜਿਹੜੇ ਇਹਨਾਂ ਨੂੰ ਸਭ ਤੋਂ ਪਹਿਲਾਂ ਹੀ ਹੁੰਦਾ ਹੈ ਕਿ ਦੇਸੀ ਕਿਉਂ ਨਹੀਂ ਆਪਾਂ ਖਾ ਸਕਦੇ ਕਿਉਂਕਿ ਸਾਨੂੰ ਕੋਲੈਸਟ੍ਰੋਲ ਹੈਗਾ ਆ ਜਾਂ ਉਹਦਾ ਲੈਵਲ ਵੱਧ ਉਹ ਉਹ ਮਿਥ ਸੀ ਉਹ ਉਹ ਹੁਣ ਖਤਮ ਹੋ ਗਿਆ ਜੀ ਜੀ ਤੇ ਡਾਕਟਰ ਸਾਹਿਬ ਅੱਜ ਤੇ ਜਿਹੜਾ ਆਪਣਾ ਮਤਲਬ ਸੈਸ਼ਨ ਆ ਜਿੰਨੇ ਵੀ ਕੁਐਸਚਨ ਮੈਂ ਆਪਣੇ ਟੌਪਿਕ ਦੇ ਅਨੁਸਾਰ ਪੁੱਛੇ ਹੈਗੇ ਆ ਤੇ ਸਾਰੇ ਉਹਨਾਂ ਦੇ ਆਨਸਰ ਹੋਪ ਸਾਰੇ ਨੂੰ ਕਲੀਅਰ ਹੋ ਗਏ ਔਰ ਜਿਨ੍ਹਾਂ ਨੇ ਸੈਸ਼ਨ ਨੂੰ ਮਿਸ ਕੀਤਾ ਹੈ ਉਹ ਪਲੀਜ਼ ਰਿਕਾਰਡਿੰਗ ਨੂੰ ਜ਼ਰੂਰ ਸੁਨੋ ਦਾ ਹਰਬਲਰ ਚੈਨਲ ਤੇ ਔਰ ਡਾਕਟਰ ਜੇ ਐਸ ਮਿਤਜੀ ਦਾ ਜਗਤਜੀਤ ਸਿੰਘ ਮਿਤ ਦੇ ਨਾਮ ਤੋਂ ਚੈਨਲ ਹੈ ਤੇ ਸਭ ਤੋਂ ਇੰਪੋਰਟੈਂਟ ਜਿਹੜੇ ਅੱਜ ਦੇ ਵਿਸ਼ੇ ਤੇ ਡਾਕਟਰ ਸਾਹਿਬ ਨੇ ਸਾਨੂੰ ਸਹੀ ਸਾਰੇ ਆਨਸਰਸ ਜਿਹੜੇ ਆ ਸਹੀ ਤਰੀਕੇ ਨਾਲ ਸਮਝਾਏ ਲੇਕਿਨ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀਗਾ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰਨਾ ਔਰ ਪੇਸ਼ੈਂਸ ਔਰ ਫੇਥ ਦਾ ਰੱਖਣਾ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ ਪੈਸਾ ਵੀ ਜਿੰਨਾ ਮਰਜ਼ੀ ਤੁਸੀਂ ਖਰਚ ਕਰੋ ਹੈਲਦੀ ਫੂਡ ਵੀ ਖਾਓ ਲੇਕਿਨ ਜਦ ਤੱਕ ਤੁਹਾਨੂੰ ਆਪਣੀ ਬਾਡੀ ਤੇ ਫੇਥ ਨਹੀਂ ਆ ਤਾਂ ਉਹ ਆਪਣੇ ਆਪ ਤੇ ਵਿਸ਼ਵਾਸ ਨਹੀਂ ਆ ਕਿ ਮੈਂ ਠੀਕ ਹੋ ਸਕਦਾ ਆ ਤਦ ਤੱਕ ਜਿਹੜੀਆਂ ਇਹ ਪ੍ਰੋਬਲਮਸ ਹੈਗੀਆਂ ਆ ਇਹ ਹਰ ਮਹੀਨੇ ਤੁਹਾਨੂੰ ਇਦਾਂ ਹੀ ਰਹਿਣੀਆਂ ਹੈਗੀਆਂ ਡਾਕਟਰ ਸਾਹਿਬ ਠੀਕ ਹੈਗਾ ਇਹ ਬਿਲਕੁਲ ਆਪਣਾ ਫੇਸ ਜਿਹੜਾ ਹੈਗਾ ਆ ਉਹ ਨਹੀਂ ਛੱਡਣਾ ਚਾਹੀਦਾ ਆਪਣੇ ਆਪ ਤੇ ਫੇਥ ਔਰ ਆਪਣੇ ਪਰਮਾਤਮਾ ਤੇ ਔਰ ਜਿਹੜੀ ਉਹ ਸੁਪਰਨੈਚੁਰਲ ਪਾਵਰ ਹੈਗੀ ਆ ਉਹਦੇ ਤੇ ਪੂਰਾ ਫੇਥ ਹੋਣਾ ਚਾਹੀਦਾ ਕਿਉਂਕਿ ਉਹ ਨਹੀਂ ਠੀਕ ਕਰਨਾ ਹੈ ਉਹ ਹੀ ਸਾਡੀ ਜਿਹੜੀ ਥਰੂ ਸਾਡੇ ਸਾਡੇ ਮਾਈਂਡ ਦੇ ਥਰੂ ਹੀ ਸਾਡੂੰ ਠੀਕ ਕਰਦੀ ਹੈ ਜੀ

ਤੇ ਫੇਰ ਆਪਾਂ ਫੇਰ ਤੋਂ ਨੈਕਸਟ ਵੀਕ ਇੱਕ ਵਧੀਆ ਸੈਸ਼ਨ ਲੈ ਕੇ ਜ਼ਰੂਰ ਤੁਹਾਡੇ ਰੂਬਰੂ ਹੋਵਾਂਗੇ ਤਾਂ ਅੱਜ ਲਈ ਆਪਾਂ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਥੈਂਕ ਯੂ ਡਾਕਟਰ ਸਾਹਿਬ ਐਂਡ ਥੈਂਕ ਯੂ ਟੂ ਆਲ ਆਫ ਯੂ ਟੂ ਜੁਆਇਨ ਅਸ ਐਂਡ ਗੁੱਡ ਈਵਨਿੰਗ ਟੂ ਆਲ ਆਫ ਯੂ ਗੁੱਡ ਈਵਨਿੰਗ ਡਾਕਟਰ ਸਾਹਿਬ ਥੈਂਕ ਯੂ